ਸਭ ਤੋਂ ਪਹਿਲਾਂ ਜੀ ਅਸਲਾਮ ਵਾਲੇਕੁਮ। ਅਸਲਾਮ ਵਾਲੇਕੁਮ। ਕੀ ਹਾਲ ਚਾਲ ਹੈ ਤੁਸੀਂ? ਖੈਰ ਹੈ ਜੀ ਅੱਲਾਹ ਦੀ। ਕੀ ਨਾਂ ਆਪਣਾ? ਮੇਰਾ ਨਾਮ ਮੁਹੰਮਦ ਰਮਜ਼ਾਨ ਹੈ। ਮੁਹੰਮਦ ਰਮਜ਼ਾਨ ਸਾਹਿਬ, ਤੁਸੀਂ ਇਸ ਵਕਤ ਕਿਹੜੇ ਜਗ੍ਹਾ ਤੇ ਰਹਿੰਦੇ ਹੋ? ਅਸੀਂ ਚੱਕ 94 ਚ ਰਹਿੰਦੇ ਹਾਂ। ਚੱਕ 94? ਹਾਂਜੀ, ਜੀਂਬੇ। ਜੀਂਬੇ, ਅੱਛਾ। ਸ਼ੁਰੂ ਤੋਂ ਇਸੇ ਪਿੰਡ 'ਚ ਰਹਿੰਦੇ? ਹਾਂਜੀ, ਪਹਿਲੇ ਗੁਜਰੇ ਹੋਏ ਸੀ, ਫਿਰ ਇੱਥੇ ਆ ਗਏ ਸੀ। ਅੱਛਾ, ਪਿੱਛੇ ਆਪਣਾ ਦੇਸਾਂ ਦੇ ਵਿੱਚ ਪਿੰਡ ਕਿਹੜਾ ਸੀਗਾ? ਹਰਨੌਲੀ। ਹਰਨੌਲੀ, ਹਾਂਜੀ। ਇਹਦੇ ਆਂਢ ਗੁਆਂਢ ਕੋਈ ਦੋ ਚਾਰ ਪਿੰਡਾਂ ਦੇ ਨਾਂ ਲਵੋ ਤਾਂ। ਹਾਂਜੀ, ਕੋਟਲਾ। ਹਾਂ ਹਾਂ। ਨਵਾਂ ਪਿੰਡ। ਠੀਕ ਆ ਜੀ। ਸਿਸਮਾ। ਹਾਂ ਹਾਂ। ਤੇ ਸਿਹੜੀ ਤੇ ਮੁੱਲਾਪੁਰ। ਠੀਕ ਆ। ਤੇ ਲਾਗੇ ਸ਼ਹਿਰ ਸਾਡਾ ਸੀ ਬਾਗਾ। ਬਾਗਾ, ਅੱਛਾ। ਤੇ ਜ਼ਿਲ੍ਹਾ ਕਿਹੜਾ ਲੱਗਦਾ ਸੀ ਤੁਹਾਨੂੰ? ਜ਼ਿਲ੍ਹਾ ਅੰਬਾਲਾ। ਜ਼ਿਲ੍ਹਾ ਅੰਬਾਲਾ। ਤਹਿਸੀਲ? ਤਹਿਸੀਲ ਰੋਪੜ। ਰੋਪੜ? ਰੋਪੜ, ਅੱਛਾ। ਤੇ ਜਿਹੜਾ ਤੁਹਾਡਾ ਪਿੰਡ ਹਰਨੌਲੀ ਸੀਗਾ? ਹਾਂਜੀ, ਹਰਨੌਲੀ ਕਿਹਾ ਨਾ। ਹਾਂਜੀ। ਇਹ ਸਾਰਾ ਮੁਸਲਮਾਨਾਂ ਦਾ ਸੀ? ਹਾਂਜੀ, ਮੁਸਲਮਾਨ ਸੀਗੇ ਤੇ ਕੁਛ ਥੋੜ੍ਹੇ ਚੂੜੇ ਸੀਗੇ ਤੇ ਚੰਦ ਘਰ ਮਲਕਾਂ ਦੇ ਸੀ। ਠੀਕ ਆ। ਤੇ ਆਪਣੀ ਕੌਮ ਕਿਹੜੀ ਹੈ? ਰਾਜਪੂਤ। ਰਾਜ, ਤੁਹਾਡੀ ਗੋਤ ਕਿਹੜੀ? ਘੋੜੇਵਾ। ਘੋੜੇਵਾ, ਠੀਕ ਆ। ਇਹ ਘੋੜੇਵਾ ਨੂੰ ਘੋੜੇਵਾ ਕਿਉਂ ਕਹਿੰਦੇ ਆ? ਇਹ ਜੀ ਸੁਣੀ ਸੁਣਾਈ ਗੱਲ ਕਰਦੇ ਪਿਛਲਿਆਂ ਦੀ। ਹਾਂਜੀ। ਤੇ ਜਦੋਂ ਕਿਤੇ ਅੰਗਰੇਜ਼ਾਂ ਨੇ ਜ਼ਮੀਨ ਵੰਡੀ ਸੀ ਤੇ ਇਹਨੇ ਕਿਹਾ ਸੀ ਵੀ ਘੋੜੇ ਵਾ ਜਿਹੜਾ ਇਹ ਘੋੜਾ ਸੁਬਹਾ ਤੋਂ ਲੈ ਕੇ ਰਾਜਪੂਤ ਸ਼ਾਮ ਤੱਕ ਫਿਰ ਲਵੇ, ਉਹਦੀ ਤੱਕ ਦੀ ਜਾਇਦਾਦ ਹੋ ਜਾਏਗੀ। ਅੱਛਾ। ਇਸ ਵਜ੍ਹਾ ਤੇ ਇਹਨੂੰ ਘੋੜੇ ਵਾਹ ਕਹਿ ਦਿੱਤਾ ਸੀਗਾ। ਅੱਗੇ ਜੀ ਅੱਲਾ ਜਾਣ ਦਾ। ਠੀਕ ਆ ਜੀ। ਅੱਛਾ, ਹਰਨੌਲੀ ਦੇ ਵਿੱਚ ਆਪਣੇ ਬਜ਼ੁਰਗ ਕੀ ਕੰਮ ਕਰਦੇ ਸੀਗੇ? ਜ਼ਮੀਨਦਾਰਾ ਕਰਦੇ ਸੀ। ਜ਼ਮੀਨ ਆਪਣੀ ਸੀਗੀ? ਹਾਂਜੀ, ਜ਼ਮੀਨ ਆਪਣੀ ਸੀ। ਕਿੰਨੀ ਕੁ ਹੋਣੀ? 500 ਵਿਘਾ ਸੀਗਾ। 500 ਵਿਘਾ, ਹਾਂਜੀ। ਕੁਛ ਮਾਰੂ ਸੀ, ਕੁਛ ਖੂਹ ਦੀ ਚਾਰ ਖੂਹ ਸੀ ਸਾਡੇ। ਠੀਕ ਆ। ਤੇ ਤੁਹਾਡੇ ਦਾਦਾ ਜੀ ਦਾ ਕੀ ਨਾਂ ਸੀ? ਦਾਦੇ ਦਾ ਜਿਹੜਾ ਦੂਸਰਾ ਰਹਿਮਤੁੱਲਾ, ਹਾਂ, ਝੰਡਾ। ਝੰਡਾ। ਤੇ ਝੰਡੇ ਦੇ ਕਿੰਨੇ ਪੁੱਤ ਸੀਗੇ? ਦੋ ਸੀਗੇ। ਕੀ ਨਾਂ ਸੀ ਉਹਨਾਂ ਦੇ? ਇੱਕ ਨਾਂ ਅੱਲੂ, ਹਾਂ ਹਾਂ, ਤੇ ਇੱਕ ਨਾਂ ਹੈਗਾ ਸੀਗਾ ਰਹਿਮਤ, ਦੂਸਰਾ ਮੇਰੇ ਬਾਬੇ ਦੂਸਰੇ ਦਾ ਨਾਂ ਭਰਾ ਜੀ ਹੁੰਦਾ। ਨਾਂ ਮੇਰੇ ਚੇਤੇ ਸੀਗਾ। ਅੱਛਾ, ਚਲੋ ਕੋਈ ਨਾ। ਤੁਹਾਡੇ ਅੱਬਾ ਜੀ ਦਾ ਕੀ ਨਾਂ ਸੀ? ਅੱਲੂ। ਅੱਲੂ, ਅੱਛਾ। ਤੇ ਤੁਹਾਡੀ ਮੰਮੀ ਦਾ ਕੀ ਨਾਂ? ਮਜੀਦਨ। ਤੇ ਤੁਸੀਂ ਉਸ ਵੇਲੇ ਜਦੋਂ ਵੰਡ ਹੋਈ ਹੈ, ਤੁਸੀਂ ਕਿੰਨੇ ਭੈਣ ਭਾਈ ਸੀ? ਅਸੀਂ ਤਿੰਨ ਭੈਣ ਭਾਈ ਸੀ। ਤਿੰਨ ਭੈਣਾਂ ਸੀ। ਅੱਛਾ, ਕੀ ਨਾਂ ਸੀ ਆਪਣੇ ਭਾਈਆਂ ਦੇ? ਭਾਈ ਨਾ ਇੱਕ ਫਕੀਰ ਮੁਹੰਮਦ ਸੀ, ਪਰ ਹਾਂਜੀ, ਉਸ ਤੋਂ ਛੋਟਾ ਮੈਂ, ਇੱਕ ਨਾ ਹਬੀਬ। ਅੱਛਾ। ਤੇ ਭੈਣਾਂ? ਭੈਣਾਂ ਇੱਕ ਨਜ਼ੀਰਾ ਤੇ ਇੱਕ ਸ਼ਰੀਫਾ। ਅੱਛਾ। ਨਾਨਕੇ ਕਿੱਥੇ ਰਹਿੰਦੇ ਸੀਗੇ? ਉਹ ਰਹਿੰਦੇ ਸੀਗੇ ਇੱਥੇ ਅੰਬਾਲੇ 'ਚ ਰਹਿੰਦੇ ਸੀਗੇ। ਮੈਂ ਅੱਗੇ ਉੱਥੇ ਨਾਂ ਲਿਆ ਵੀ ਸੀਗਾ, ਮੇਰੇ ਫੇਰ ਚੇਤਾ ਭੁੱਲ ਗਿਆ। ਕੜਾਮੇ। ਹਾਂਜੀ, ਕੜਾਮਾ। ਕੜਾਮਾ, ਕੜਾਮਾ, ਕੜਾਮਾ। ਅੱਛਾ, ਕੜਾਮਾ, ਸਿਸਮਾ ਮਾਜਰਾ ਦੇ ਲਾਗੇ। ਅੱਛਾ। ਕਿੰਨਾ ਕੁ ਦੂਰ ਸੀਗਾ ਤੁਹਾਡਾ ਨਾਨਕਾ ਪਿੰਡ ਉੱਥੋਂ? ਬਾਬਾ ਦੂਰ ਸੀਗਾ। ਕਾਹਦੇ 'ਤੇ ਜਾਂਦੇ ਸੀ ਬਹਿ ਕੇ? ਬੈਲ ਗੱਡੀ 'ਚ, ਬੈਲਾ ਬਲਦਾਂ ਦੀ ਗੱਡੀ 'ਚ। ਅੱਛਾ। ਅਤੇ ਹਰਨੌਲੀ ਜਿਹੜਾ ਆਪਣਾ ਘਰ ਸੀਗਾ, ਹਾਂਜੀ, ਉਹ ਕਿੱਦਾਂ ਦਾ ਘਰ ਸੀਗਾ? ਘਰ ਠੀਕ ਠਾਕ ਸੀ। ਕਿੰਨੇ ਕੁ ਕਮਰੇ ਹੋਣਗੇ? ਉਹਦੇ ਕਮਰੇ 4 ਸੀ। ਅੱਛਾ, ਪੱਕੇ ਕੱਚੇ? ਦੋ ਪੱਕੇ, ਬਾਕੀ ਕੱਚੇ। ਅੱਛਾ। ਇੱਕ ਹਵੇਲੀ ਵੱਖਰੀ ਸੀ ਮਾਲ ਪਸੂ ਦੀ। ਪਿੰਡ ਵਿੱਚ ਖੂਹ ਸੀਗਾ? ਹਾਂਜੀ, ਖੂਹ ਵੀ ਸੀਗਾ, ਮਸਜਿਦ ਵੀ ਸੀਗੀ। ਅੱਛਾ, ਹਾਂਜੀ। ਮਸਜਿਦ ਪੱਕੀ ਸੀ ਜਾਂ ਕੱਚੀ? ਪੱਕੀ। ਅੱਛਾ। ਕਿੰਨੀ ਕੁ ਆਬਾਦੀ ਦਾ ਪਿੰਡ ਹੋਊਗਾ ਤੁਹਾਡਾ? ਤਕਰੀਬਨ 100 ਕੁ ਦਾ ਗੜ ਹੋਊਗਾ। ਅੱਛਾ, ਹਾਂਜੀ। ਕੋਟਲਾ ਵੀ ਇੰਨਾ ਕੁ ਗੁਜਰਾਂ ਦਾ ਸੀਗਾ। ਸਿਹੜੀ ਜਿਹੜੀ ਉਹ ਸਿੱਖਾਂ ਦੀ ਸੀਗੀ, ਨਵਾਂ ਪਿੰਡ ਮੁਸਲਮਾਨਾਂ ਦਾ ਸੀਗਾ। ਬਸ ਫਿਰ ਉੱਥੋਂ ਜੁੜ ਕੇ ਅਸੀਂ ਜਦੋਂ ਵੰਡ ਪਈ ਤੇ ਬਾਗਾਂ ਵਾਲੇ ਆ ਗਏ। ਅੱਛਾ। ਬਾਗਾਂ ਵਾਲੇ ਰਹੇ ਅਸੀਂ 15-20 ਦਿਨ। ਉੱਥੇ ਇੱਕ ਰਾਜਾ ਸੀ, ਉਹਨੇ ਕਿਹਾ, ਮਿਲਟਰੀ ਆ ਗਈ ਫੌਜ ਜੀ। ਅੱਛਾ। ਉਹਨੇ ਕਿਹਾ ਵੀ ਆਪਣਾ ਕਾਫਲਾ ਤੋਰ ਲਓ। ਠੀਕ ਆ। ਉਹ ਕਹਿਣ ਕਿ ਸਾਡੀਆਂ ਰਾਣੀਆਂ ਪਰਦੇਦਾਰ ਨੇ, ਅਸੀਂ ਰਾਣਾ ਤੋਰਨਾ ਨਹੀਂ। ਠੀਕ ਆ। ਅਖੀਰ ਉਹ ਕਹਿਣ ਲੱਗਾ ਵੀ, ਕਹਿਣ ਲੱਗੇ ਫੌਜੀ
ਵੀ ਅਸੀਂ ਚੰਦ ਟਾਈਮ ਰਹਿਣਾ ਇੱਥੇ 5-7 ਦਿਨ, ਚੰਗੇ ਕਰੋ ਤੇ ਤੁਸੀਂ ਕਾਫਲਾ ਤੋੜ ਲਓ। ਲੇਕਿਨ ਉਹਨੇ ਰਾਣੀ ਰਾਜਾ ਜਿਹੜਾ ਸੀ ਵੱਡਾ ਸ਼ਹਿਰ ਦਾ, ਉਹ ਕਹਿੰਦਾ ਨਹੀਂ ਸਾਡੀ ਪਰਦੇ ਦਾ ਰਾਣੀਆਂ ਸਿੰਘ ਤੋਂ। ਉਹ ਮਿਲਟਰੀ ਜਿਹੜੀ ਫੌਜੀ ਸੀਗੇ ਉਹ ਨਿਕਲ ਗਏ ਬਸਮਾਨ ਅਤੇ ਡੋਗਰਾ ਆ ਗਏ। ਡੋਗਰਾ ਨੇ ਆਣ ਕੇ ਫਿਰ ਆਲਾ ਦੁਆਲਾ ਘੇਰ ਲਿਆ, ਸਿੱਖ ਆ ਗਏ। ਜਦੋਂ ਇੱਕ ਬਾਘਾ ਵਾਲੇ ਤੁਰੇ ਆ ਨਾ, 5 ਪਿੰਡ ਸੀਗੇ, ਕੋਟਲਾ ਅਤੇ ਦੂਸਰਾ ਨਵਾਂ ਪਿੰਡ ਅਤੇ ਮੁੱਲਾਪੁਰ, ਸਿਹੜੀ ਸਿੱਖਾਂ ਦੀ ਸੀਗੀ। ਇਹ ਫਿਰ ਜਦੋਂ ਬਾਘਾਂ ਵਾਲੇ ਤੁਰ ਨਿਕਲੇ ਨਾ, ਫਿਰ ਉਹਨਾਂ ਨੇ ਸਿੱਖਾਂ ਨੇ ਫੌਜੀ ਜਿਹੜੇ ਸੀ ਉਹਨਾਂ ਨੇ ਅੱਗ ਲਵਾ ਦਿੱਤੀ। ਰਾਤ ਦੇ 12 ਵਜੇ ਅਸੀਂ ਸ਼ਹਿਰ ਚੋਂ ਨਿਕਲੇ। ਅੱਗ ਕਿੱਥੇ ਲਵਾ ਦਿੱਤੀ? ਸ਼ਹਿਰ ਨੂੰ ਇੱਕ ਪਾਸੇ, ਤਿੰਨ ਪਾਸੇ ਘੇਰ ਲਏ। ਸਾਡੇ ਕੋਲ ਮੁਸਲਮਾਨਾਂ ਕੋਲ ਤਾਂ ਅਸਲਾ ਹੀ ਕੋਈ ਨਹੀਂ ਸੀਗਾ। ਨਹੀਂ ਕੀ ਅਸਲਾ ਤਾਂ ਸੀ, ਮਤਲਬ ਕਿ ਹਰ ਉਹਨਾਂ ਨੇ ਰੱਖਿਆ ਸੀ, ਤੁਹਾਡੇ ਮੁਸਲਮਾਨਾਂ ਨੇ ਰੱਖਿਆ ਹੋਣਾ? ਨਹੀਂ ਨਹੀਂ, ਅਸਲਾ ਉਹਨਾਂ ਕੋਲ ਅਸੀਂ ਤਾਂ ਖਾਲੀ ਇੱਥੇ ਜਦ ਬਾਗਾਂ ਵਾਲੇ ਤੁਰੇ ਆ ਨਾ, ਫਿਰ ਰਾਤ ਨੂੰ ਅੱਗ ਲਾ ਦਿੱਤੀ ਉਹਨਾਂ ਨੇ। ਅੱਛਾ, ਫਿਰ ਹੁਕਮ ਫੌਜ ਨੇ ਉਹਨਾਂ ਨੇ ਦੇ ਦਿੱਤਾ ਕਿ ਸ਼ਹਿਰੋਂ ਬਾਹਰ ਨਿਕਲ ਜਾਓ। ਅੱਛਾ, ਅਸੀਂ ਫਿਰ ਰਾਤ ਦੇ 12 ਵਜੇ ਨਿਕਲੇ ਬਾਹਰ। ਅੱਛਾ, 12 ਵਜੇ ਨਿਕਲੇ ਅਤੇ ਫਿਰ ਉਹਨਾਂ ਨੇ ਸਵੇਰ ਨੂੰ ਜਿਹੜੇ ਜਵਾਨ ਮੁੰਡੇ ਸੀਗੇ ਉਹ ਅੱਗੇ ਲਾ ਤੇ, ਉਹਦੇ ਮਗਰ ਛੋਟੇ ਲਾ ਤੇ, ਉਹਦੇ ਮਗਰ ਬੁੜੇ ਲਾ ਤੇ। ਜਿਹੜੀ ਮੈਂ ਤਾਂ ਨਹੀਂ ਜਾਣਦਾ ਕਿ ਜਿੰਨੀਆਂ ਬੱਚੀਆਂ ਸੀ ਨਾ ਉਹ ਖੇਤ 'ਤੇ ਲੈ ਗਏ। ਅੱਛਾ, ਵੀ ਮਸਲੇ ਲੈ ਨੂੰ ਜਾਣਾ ਅਤੇ ਐ ਪਿਛਲੇ ਪਾਸੇ ਲਾ ਦਿੱਤਾ, ਫਿਰ ਉਹ ਕਾਫਲਾ ਤੋਰਤਾ। ਅੱਛਾ, ਕਾਫਲਾ ਤੋਰਿਆ ਅਤੇ ਬਡਾਂਗਾ ਕੱਛੇ ਪਾਏ ਸਿੱਖਾਂ ਨੇ, ਤਲਵਾਰਾਂ ਉਹਨਾਂ ਦੇ ਹੱਥਾਂ। ਅੱਛਾ, ਬਸ ਫਿਰ ਕਤਲੋ ਗਾਰ ਕਰਤੀ। ਇਹ ਕਿੱਥੇ ਕਰਕੇ ਹੋਈ? ਇਹ ਬਾਘਾਂ ਵਾਲੇ ਅਤੇ ਹਰਨਾ ਦੂਸਰਾ ਕਰਾਲੀ ਦੇ ਦਰਮਿਆਨ। ਅੱਛਾ, ਕਰਾਲੀ ਸੁਣੀ? ਹਾਂਜੀ ਹਾਂਜੀ, ਕਰਾਲੀ ਦੇ ਅਤੇ ਬਾਘਾਂ ਵਾਲੇ ਦਰਮਿਆਨ, ਬਾਘਾਂ ਵਾਲੇ 3-4 ਕਿਲੋਮੀਟਰ ਗਾਹ ਨਿਕਲ ਗਏ ਅਤੇ ਬਾਘਾਂ ਕਰਾਲੀ ਦੇ ਅੱਗੇ ਸੀ। ਅੱਛਾ, ਬਸ ਫਿਰ ਉਹਨੇ ਵਡਾਉਣਾ ਸ਼ੁਰੂ ਕਰ ਦਿੱਤਾ। ਮੈਂ ਇਹਨਾਂ ਅੱਖਾਂ ਨੂੰ ਦੇਖਿਆ ਕਿ ਖੂਨ ਇਸ ਤਰ੍ਹਾਂ ਸੀ ਚੱਲਦਾ ਜੇ ਕੋਈ ਨਾਲਾ ਚੱਲਦਾ ਪਾਣੀ ਦਾ। ਬਸ ਚੰਦ ਆਦਮੀ ਬਚੇ ਜਿਹੜੇ ਕਰਾਲੀ ਨੱਠ ਭੱਜ ਗਏ, ਕੋਈ ਫਸਲਾਂ 'ਚ ਵੜ ਗਿਆ, ਕੋਈ ਮੱਕੀਆਂ 'ਚ ਵੜ ਗਿਆ। ਮੱਕੀਆਂ ਦੀ ਆਮ ਬਾਹਰ ਸੀ, ਵੜ ਕੇ ਆਣ ਕੇ ਨਿਕਲਿਆ ਬਾਹਰ। ਅੱਛਾ, ਫਿਰ ਆ ਗਏ ਕਰਾਲੀ 'ਚ ਅਸੀਂ। ਸਾਨੂੰ ਉੱਥੇ ਫਿਰ ਰੋਟੀ ਵੀ ਨਹੀਂ ਮਿਲੀ ਸੀ ਉਸ ਸਵਾਦ ਨੂੰ। ਅੱਛਾ, ਅਸੀਂ ਅੰਬਾਂ ਦੇ ਪੱਤੇ ਖਾਧੇ ਆ, ਸੜਿਆ ਪਾਣੀ ਪੀਤਾ। ਸ਼ਰਾ ਕੀ ਸ਼ਰਮਗਾ ਦੀ ਹੈ, ਠੀਕ ਆ, ਸੜਿਆ ਪਾਣੀ ਪੀਤਾ ਉੱਥੇ ਅਸੀਂ। ਫਿਰ ਉਹਨੇ ਚੂਨਾ ਬਣਾ ਦਿੱਤਾ, ਉਹ ਚੂਨੇ ਦੇ ਨਾਲ ਫਿਰ ਬੰਦੇ ਆਮ ਮਰਨ ਲੱਗ ਗਏ। ਅੱਛਾ, ਤੇ ਅਖੀਰ ਫਿਰ 5-10 ਦਿਨ ਗੱਡੀ ਆਈ। ਅੱਛਾ, ਉੱਥੇ ਕਰਾਲੀ। ਅੱਛਾ, ਜਿਹਦੇ ਫਿਰ ਕਰਾ ਕੰਪ ਕੰਪ ਨੂੰ ਤੋਰਿਆ, ਉਹਨਾਂ ਫਿਰ ਵਡਾਂਗਾ ਸ਼ੁਰੂ ਕਰਤਾ ਵੀ ਜੋ ਸਮਾਨ ਹੈ ਸੁੱਟ ਦਿਓ। ਗੱਡੀ ਚੜਾਉਣ ਤੋਂ ਪਹਿਲੇ? ਗੱਡੀ ਚੜਾਉਣ ਤੋਂ ਪਹਿਲੇ ਸਾਰਾ ਚਟਾ ਲਿਆ, ਗੱਡੀ ਚੜ ਗਈ, ਕੋਈ ਮਾਰੇ ਕੋਈ ਕੋਈ ਬਚ ਗਏ ਵਿੱਚ। ਫਿਰ ਉੱਥੋਂ ਗੱਡੀ ਚੜਾਇਆ ਅਸੀਂ ਤੇ ਫਿਰ ਰਸਤੇ 'ਚ ਆਉਂਦੇ ਹਾਂ, ਮੈਂ ਵੀ ਵਿਛੜ ਗਿਆ ਸੀ। ਮੇਰੇ ਵਾਲਦ ਸਾਹਿਬ ਵੀ ਉੱਥੇ ਸ਼ਹੀਦ ਕੀਤੇ ਉਹਨਾਂ ਨੇ। ਕਿੱਥੇ? ਹਿੰਦੁਸਤਾਨ 'ਚ, ਬਾਘਾਂ ਵਾਲੇ ਦੇ ਅਤੇ ਹਰਨਾਲੀ ਦੇ ਕਰਾਲੀ ਦੇ ਦਰਮਿਆਨ 'ਚ। ਅੱਛਾ, ਉੱਥੇ ਸ਼ਹੀਦ ਕਰਤੇ ਸੀ। ਅੰਮੀ ਤੁਹਾਡੀ? ਅੰਮੀ ਦਾ ਇੱਥੋਂ ਹੱਥ ਵੱਢਿਆ ਸੀਗਾ, ਇੱਥੇ ਆ ਗਈ ਸੀਗੀ। ਅਤੇ ਭਾਈ ਜੀ ਵੱਡੇ ਦੇ ਵੀ ਇੱਥੋਂ ਕੰਨ 'ਤੇ ਦਰਬਾਰ ਵੀ ਪੱਗ ਸੀਗੀ ਸਿਰ 'ਤੇ, ਉਹ ਮੇਰੇ ਤੋਂ 3 ਸਾਲ ਵੱਡਾ ਸੀਗਾ। ਅੱਛਾ, ਅਤੇ ਭੈਣਾਂ? ਭੈਣਾਂ ਇੱਕ ਜਵਾਨ ਸੀ, ਉਹ ਵੀ ਉੱਥੋਂ ਛੁੱਟ ਗਈ, ਨਿਕਲੀ, ਖਿਲਰ ਪਿਛੜ ਗਿਆ ਜਿਸ ਤਰ੍ਹਾਂ। ਹਾਂ, ਜੋ ਹੋਇਆ ਦੱਸੋ, ਮਤਲਬ ਉੱਥੇ ਮਤਲਬ ਭੈਣਾਂ ਵੀ ਵਿਛੜ ਗਈਆਂ? ਵਿਛੜ ਗਈ ਉਹ ਸਾਰੇ। ਅੱਛਾ, ਅਤੇ ਅਖੀਰ ਕਰਦਿਆਂ ਕਤਰਦਿਆਂ ਕਿਰਾਏ 'ਚ ਪਹੁੰਚੇ। ਕਿਰਾਏ ਫਿਰ ਤੈਨੂੰ ਪਤਾ ਵੀ ਦੁੱਧ ਪਹਿਲੇ ਦਿਨ ਗਏ, ਕੁਛ ਦਿੱਤਾ ਆਟਾ ਉੱਟਾ ਰਾਟਾ, ਕਿੰਨੇ ਪਕੌੜੇ ਕਿੰਨੇ ਖਾਣੀਆਂ ਸੀ, ਅਤੇ ਕਈਆਂ ਨੇ ਗੁੜ ਖਾ ਕੇ ਆਪਣਾ ਗੁਜ਼ਾਰਾ ਕੀਤਾ। ਅੱਛਾ, ਅਤੇ ਫਿਰ ਪਾਣੀ ਨਾਲ ਲੱਭਿਆ ਪਾਣੀ, ਫਿਰ ਛੱਪੜ ਸੀਗਾ ਲਾਗੇ ਗੰਦਾ ਜਿਹਾ, ਉਹ 'ਚ ਲੋਕਾਂ ਨੇ ਪਾਣੀ ਪੀਣਾ, ਉਹ 'ਚ ਫਿਰ ਉਹਨਾਂ ਚੂਦਾ ਸੁੱਟ ਦਿੱਤਾ ਜਿਹਨੇ ਬੰਦੇ ਆਮ ਬੰਦੇ ਮਰਨ ਲੱਗ ਗਏ। ਅੱਛਾ, ਫਿਰ ਹੁਕਮ ਹੋ ਗਿਆ ਜੀ ਹੁਣ ਗੱਡੀ ਆ ਗਈ ਤਾਂ ਗੱਡੀ ਚੜ੍ਹ ਜਾਓ। ਠੀਕ ਆ, ਉੱਥੇ ਫਿਰ ਗੱਡੀ ਚੜ੍ਹੇ ਅਸੀਂ, ਮੈਂ ਫਿਰ ਮੈਨੂੰ ਨਹੀਂ ਪਤਾ ਜੀ, ਫਿਰ ਐਵੇਂ ਤੁਹਾਨੂੰ ਕੂੜ ਮਾਰੀ, ਫਿਰ ਗੱਡੀ ਵੇਚੇ ਵੇਚੇ ਅੰਮ੍ਰਿਤਸਰ ਲੱਗ ਕੇ ਫਿਰ ਦੋਨੋਂ ਗੱਡੀਆਂ ਇੱਧਰ ਸਿੱਖਾਂ ਦੀ ਗਈ, ਇੱਧਰ ਉੱਧਰ ਛੱਡੀ ਆਈ। ਠੀਕ ਆ, ਉਹਨਾਂ ਫਿਰ ਵਡਾਂਗਾ ਸ਼ੁਰੂ ਕਰਤਾ, ਮਤਲਬ ਅੰਮ੍ਰਿਤਸਰ ਆ ਕੇ ਫਿਰ ਗੱਡੀ ਨੇ ਹਮਲਾ ਕਰਤਾ। ਹਾਂ, ਸਾਡੇ ਵਾਲੀ ਗੱਡੀ 'ਤੇ ਹਮਲਾ ਕਰਤਾ ਜਿਹੜੀ ਇੱਧਰੋਂ ਗੱਡੀ ਕਰੀ ਸੀ। ਅੱਛਾ, ਉਹ ਫਿਰ ਬੰਦੇ ਵਿੱਚ ਪੈ ਪੂ ਕੇ ਨਾ ਉਹਨਾਂ ਨੇ ਹਟਾਏ ਉੱਠੇ, ਅਤੇ ਛੱਤ ਵੀ ਲੱਦੀ ਆਈ ਸੀ ਅਤੇ ਵਿੱਚੋਂ ਡੱਬਿਆਂ 'ਚ ਵੀ ਸੀਗੇ। ਅੱਛਾ,
ਮੈਂ ਫਿਰ ਚਿੱਚਾ ਚੂਹਾ ਕਰਕੇ ਮੈਨੂੰ ਤਾਂ ਇੰਨਾ ਫਿਰ ਸਬੂਤ ਹੋਇਆ ਬਹੁਤਾ ਲੰਬਾ ਚੜਿਆ ਕਿ ਮੈਂ ਗੋਹਰੇ ਆਣ ਕੇ ਫਿਰ ਪਤਾ ਲੱਗੇ ਵੀ ਗੋਹਰੇ ਰਹਿ ਗਏ ਸੀ। ਅੱਛਾ, ਯਾਨੀ ਕਿ ਅੰਮ੍ਰਿਤਸਰ ਤੋਂ ਬਾਹਰ ਗੱਡੀ ਬਾਅਦ ਫਿਰ ਗੱਡੀ ਰੁਕੀ ਨਹੀਂ, ਉਹ ਇੱਥੇ ਗੋਜਰੇ ਆ ਕੇ ਰੁਕੀ। ਹਾਂ, ਪਤਾ ਨਹੀਂ ਅੰਮ੍ਰਿਤਸਰ ਲਾਹੌਰ ਰੁਕੀ ਹੋਊਗੀ ਜਾਂ ਨਾਨਕੇ, ਲੇਕਿਨ ਮੈਨੂੰ ਤੁਸੀਂ ਅੰਦਰ ਬੈਠੇ ਸੀਗੇ? ਅੱਛਾ, ਅਸੀਂ ਅੰਦਰ ਬੈਠੇ ਸੀ। ਅੱਛਾ, ਹਾਂਜੀ। ਅਤੇ ਰਾਹ 'ਤੇ ਗੱਡੀ ਹੋਰ ਜਾ ਕਿਤੇ ਰੁਕੀ ਤਾਂ ਨਹੀਂ ਅੰਮ੍ਰਿਤਸਰ ਤੋਂ ਬਾਅਦ? ਨਹੀਂ, ਮੈਂ ਨਹੀਂ ਰੁਕੀ। ਅੱਛਾ, ਹਾਂ। ਤੁਹਾਡੇ ਨਾਲ ਫਿਰ ਕੋਈ ਫੌਜ ਸੀਗੀ? ਫੌਜ ਆਣ ਕੇ ਫਿਰ ਉਹ ਅੰਬਰ ਦੂਸਰਾ ਅੰਮ੍ਰਿਤਸਰ ਆਣ ਕੇ ਥੋੜ੍ਹੀ ਜਿਹੀ ਰਹੀ, ਜਿੱਥੇ ਆਣ ਕੇ ਨਾ ਬਡਾਂਗਾ ਆਣ ਕੇ, ਉਸ ਉੱਥੇ ਆਣ ਕੇ ਫਿਰ ਉਹਨੇ ਫੌਜ ਨੇ ਆਣ ਕੇ ਡੱਕਿਆ। ਅੱਛਾ, ਤੇ ਤਾਂ ਫਿਰ ਉਸ ਗੱਡੀ ਤੋਂ ਫੌਜ ਆਪਣੀ ਪਾਕਿਸਤਾਨ ਦੀ ਸੀਗੀ? ਇਹ ਹਾਂਜੀ, ਪਾਕਿਸਤਾਨ ਮੁਸਲਮਾਨ ਸੀ। ਹਾਂ ਹਾਂ, ਅੱਛਾ। ਅਤੇ ਤੁਸੀਂ ਇੱਥੇ ਗੋਜਰੇ ਪਹੁੰਚ ਗਏ? ਗੋਜਰੇ ਪਹੁੰਚ ਗਏ। ਅਤੇ ਗੋਜਰੇ ਫਿਰ ਸ਼ਹਿਰ 'ਚ ਰਹਿ ਸੀ ਜਾਂ ਕਿਤੇ ਹੋਰ ਦੇ? ਅਸੀਂ ਫਿਰ ਅਗਲੇ ਪਾਸੇ ਕਾਰਖਾਨਾ ਜਿਹਾ ਸੀਗਾ। ਅੱਛਾ, ਅਸੀਂ ਫਿਰ ਉੱਥੇ ਰਹੇ। ਕਿੰਨੇ ਕੁ ਦਿਨ ਰਹੇ ਹੋਣੇ ਉੱਥੇ? ਉੱਥੇ ਤਕਰੀਬਨ ਮੈਨੂੰ ਸ਼ੱਕ 3-4 ਮਹੀਨੇ ਰਹੇ। ਅੱਛਾ, 3-4 ਮਹੀਨੇ ਰਹੇ। ਫਿਰ ਇੱਥੇ ਉਹ ਸੰਯੋਗ ਨਾਲ ਨਾ ਛੜਾ ਕਿ ਸ਼ਰਮਗਾ ਜਿਹਾ ਬੰਦਾ ਸੀਗਾ ਕਿ ਉਹਨੇ ਸਾਡੀ ਵਾਲਦਾ ਨਾਲ ਸਾਜੀ ਕਰ ਲਈ, ਉਹ ਸਾਨੂੰ ਇੱਥੇ ਲਿਆ। ਅੱਛਾ, ਅਸੀਂ ਫਿਰ ਇੱਥੇ ਜ਼ਮੀਨ ਪੈ ਲਾ। ਅਤੇ ਫਿਰ ਪਿਛਲੀ ਜ਼ਮੀਨ ਵਗੈਰਾ ਲੈ ਲਈ ਸੀਗੀ? ਜ਼ਮੀਨ ਇੱਥੇ ਸਾਨੂੰ ਪਿਆ ਸੀ ਕੋਈ 106 ਕਰੋੜ 5 ਮਰਲੇ। ਅੱਛਾ, ਕੁਛ ਆਈ ਆ ਕੁਛ ਗਾਹਾਂ ਨਿਕਲੀ ਫਾਰਮਾ ਚ, ਕਹਿੰਦੇ ਜੀ ਇੱਥੇ ਹੈ ਨਹੀਂ ਜੀ ਫਿਲਹਾਲ, ਇੱਥੇ ਨਾਲ ਦੇ ਮੇਰੇ ਬੇਜੀ ਪਈ। ਠੀਕ। ਅਤੇ ਤੁਹਾਡੇ ਨਾਲ ਦੇ ਫਿਰ ਖੇਡਣ ਦਾ ਕੋਈ ਬੇਲੀ ਯਾਦ ਆਉਂਦੇ ਆ? ਨਹੀਂ, ਬੇਲੀਆਂ ਦਾ ਨਾਂ ਨਹੀਂ ਇੱਥੇ ਨਿਕਲਦੀਆਂ। ਠੀਕ ਆ, ਹਾਂ। ਪਿੰਡ ਯਾਦ ਆਉਂਦਾ ਹੋਵੇ? ਹਾਂ, ਪਿੰਡ ਬੜਾ ਯਾਦ ਆਉਂਦਾ, ਫਸਲ ਯਾਦ ਆਉਂਦੀ ਆ, ਅੰਬ ਯਾਦ ਆਉਂਦੇ ਆ, ਤੇ ਛੱਪੜ ਦੇ ਨਾਲ ਪਰਲੇ ਪਾਸੇ ਬਾਗ ਸੀ ਸਾਡਾ। ਅੱਛਾ, ਤੇ ਬਾਈ ਟਾਈਮ ਜਦੋਂ ਬਾਰਿਸ਼ ਕਿਤੇ ਘੱਟ ਪੈਣੀ ਤੇ ਮੀਂਹ ਨੇ ਤੇ ਨੌਕਰਾਂ ਨੇ ਨਾ ਲੈ ਕੇ ਉਹ ਟੋਕਰਾ ਵਿੱਚ ਕੱਪੜਾ ਬੰਨ ਕੇ ਝੱਟਾ ਲਾ ਕੇ ਉਧਰ ਉਧਰ ਹੀ ਰੱਸੀਆਂ ਪਾ ਕੇ ਦੇਖਿਆ ਕਿਤੇ ਨਹੀਂ, ਨਹੀਂ ਮਤਲਬ ਛੱਪੜ ਚੋਂ ਨਾ ਝੱਟ ਕੇ ਪਾਣੀ ਝੱਟ ਕੇ ਬਾਹਰ ਕਰਨਾ, ਪਾਣੀ ਝੱਟ ਕੇ ਤੇ ਅੰਬਾਂ ਨੂੰ ਪਾ ਦੇਣਾ। ਅੱਛਾ ਅੱਛਾ, ਨਹੀਂ ਅਸੀਂ ਨਹੀਂ ਦੇਖਿਆ। ਅੱਛਾ, ਇਹ ਉਹ ਜਿਹੜਾ ਤੁਹਾਡਾ ਅੰਬਾਂ ਦਾ ਬਾਗ ਸੀਗਾ, ਹਾਂਜੀ, ਉਹਦੇ 'ਚ ਕਿਹੜੀ ਕਿਸਮ ਦੇ ਅੰਬ ਹੁੰਦੇ ਸੀਗੇ? ਸੰਦੂਰੀ, ਹਾਂ ਹਾਂ, ਤੇ ਦੂਸਰਾ ਸੌਂਫੀ। ਅੱਛਾ, ਤੇ ਲੈ ਦੂਸਰਾ ਛੋਟੀ ਅੰਬੀ। ਉਹ ਸੀ। ਤੇ ਉਹ ਅੰਬਾਂ ਦਾ ਕੋਈ ਜ਼ਾਇਕਾ ਯਾਦ ਆਉਂਦਾ? ਜ਼ਾਇਕਾ ਬਹੁਤ ਵਾਧੂ ਸੀ, ਵਾਧੂ ਸੀਗਾ। ਹਾਂ, ਇਹੋ ਜਿਹੇ ਹੁਣ ਤਾਂ ਕਿਲੋ ਕਿਲੋ ਦੇ ਅੰਬ ਨੇ, ਉਹ ਜਿਹਾ ਜ਼ਾਇਕਾ ਹੀ ਨਹੀਂ। ਪਾਣੀ ਸਾਡਾ ਐਸ ਸੀ ਕੋਈ ਤਾਰਾ ਜੀ ਦਾ ਖੂਹ 'ਚ। ਅੱਛਾ, ਤੇ ਡਿਵਿਡਾ ਖੂਹ ਚੱਲਦਾ ਹੋਏਗਾ, ਇਸ ਪਾਸੇ ਜੋੜੀ ਜੋੜ ਦੇਣੀ, ਇਸ ਪਾਸੇ ਮਾਲਾ ਦੋਏ ਚੱਲਦੀ ਆ, ਪਰਨਾ ਵਿੱਚ ਪਾਣੀ ਪਾ ਕੇ ਤੇ ਫਸਲਾਂ ਪਾ ਕੇ ਖੂਹ ਦੇ ਪਾਣੀ ਦੇ। ਤੇ ਫਿਰ ਘਰਾਂ 'ਚ ਪਾਣੀ ਆਪ ਲੈ ਕੇ ਜਾਂਦਾ ਸੀ ਜਾਂ ਮਾਛੀ ਰੱਖੇ ਸੀ? ਮਾਛੀ ਰੱਖੀ ਸੀ। ਅੱਛਾ, ਚੂੜੀਆਂ ਜਿਹੜੀਆਂ ਸੀ ਉਹ ਟੱਟੀ ਪਿਸ਼ਾਬ ਟੱਟੀ ਟੁੱਟੀਆਂ ਉਹ ਖੁੱਡੀਆਂ ਬਣਾਈਆਂ ਸੀਗੀਆਂ ਘਰਾਂ 'ਚ। ਅੱਛਾ, ਉਹ ਸਾਫ਼ ਕਰ ਦਿੱਤੀ ਚੂੜੀਆਂ। ਠੀਕ ਆ, ਤੇ ਚੂੜੀਆਂ ਨੇ ਬਾਹਰਲੇ ਵੀ ਪਾਲੇ ਹੋਏ ਸੀਗੇ ਜਿਹੜੇ ਬਾਹਰ ਪਾਲੇ ਆ, ਉਹਨਾਂ ਨੂੰ ਆਇਆ ਚਾਰਦੇ ਜੋ ਇੱਥੇ ਸਾਡੀ ਭੇਡਾਂ ਚਾਰਦੇ ਆ। ਠੀਕ ਆ, ਤੇ ਵਿੱਚ ਐਸੇ ਸੀਗਾ ਜਿਹੜਾ ਅਨਸਾਰ ਦੇ ਨੀ ਚਿੱਤਰ ਚਿੱਤਰਮੁਰਗੀ, ਤੁਸੀਂ ਇੱਧਰ ਮੇਰੇ ਨਾਲ ਗੱਲ ਕਰੋ। ਹਾਂਜੀ, ਚਿੱਤਰਮੁਰਗੀ ਜੇ ਕਈਆਂ ਨੇ ਉਹੋ ਜਿਹੇ ਚਾਰਦੇ ਹੁੰਦੇ ਸੀਗੇ, ਫਿਰ ਉਹਨਾਂ ਨੇ ਦੂਸਰੀ ਪਿਆਜੀ ਪੱਕਣੀ ਜੇ ਲੈ ਲੈਣੀ, ਝਾੜ ਲਿਆਉਣੀ, ਬਾਹਰ ਲਿਆਉਣੀ, ਉਹ ਫਿਰ ਉਹਨਾਂ ਨੂੰ ਪਾਉਣੀ, ਇੰਨਾ ਕੁ ਪਤਾ ਜੀ ਮੈਨੂੰ ਬਸ। ਅੱਛਾ, ਇੱਥੇ ਆ ਕੇ ਫਿਰ ਸਕੂਲ ਕੋਈ ਨਾ ਪੜ੍ਹੇ ਤੁਸੀਂ? ਇੱਥੇ ਮੈਂ 5 ਪੜ੍ਹਿਆ। ਕਿਹੜੇ ਸਕੂਲ ਹੈ? ਮੈਂ ਦੁਆਖੜੀ ਪੜ੍ਹਿਆ। ਦੁਆਖੜੀ 281। ਇੱਥੋਂ ਫਿਰ ਉਸਤਾਦ ਚੰਗੇ ਸੀਗੇ ਪੜ੍ਹਾਉਣ ਵਾਲੇ? ਮਾਸਟਰ ਬਹੁਤ ਅੱਛੇ ਸੀ। ਕੀ ਨਾਂ ਸੀ ਮਾਸਟਰ ਜਿਹੜਾ ਤੁਹਾਨੂੰ ਬਹੁਤ ਚੰਗਾ ਲੱਗਦਾ ਸੀ? ਬਸ਼ੀਰ। ਅੱਛਾ, ਧਾਰਾਪੁਰ ਦਾ ਸੀ। ਹਾਂ ਹਾਂ, ਬਹੁਤ ਅੱਛਾ ਮਾਸਟਰ ਸੀ। ਅੱਛਾ, ਫਿਰ ਇੱਕ ਮਾਸਟਰ ਅਬਦੁਲ ਗਨੀ ਸੀਗਾ। ਅੱਛਾ, ਉਹ ਵੀ ਬਹੁਤ ਅੱਛਾ ਸੀ, ਇੱਕ ਸਾਨਬਾਜੀ ਸੀਗਾ, ਉਹ ਵੀ ਬਹੁਤ ਅੱਛਾ ਸੀ ਮਾਸਟਰ। ਇਹ ਕਿੱਥੋਂ ਦੇ ਸੀਗੇ ਮਾਸਟਰ? ਇਹ ਮਾਸਟਰ ਗਨੀ ਦੇ ਗ੍ਰਾਮ ਸੈਨ ਮੁਹੰਮਦ ਇਹ ਦੁਆਖੜੀ ਦੇ ਸੀਗੇ। ਅੱਛਾ, ਅਤੇ ਮਾਸਟਰ ਬਸ਼ੀਰ ਧਾਰਾਪੁਰ ਦਾ ਸੀ। ਅੱਛਾ, ਆਹ ਧਾਰਾਪੁਰ ਲੱਗ ਗਏ ਜੀ। ਅੱਛਾ, ਠੀਕ ਹੈ। ਇਹ ਦੱਸੋ ਕਿ ਵੀ ਹੁਣ ਜਿਹੜੀ ਤੁਹਾਡੀ ਉੱਥੋਂ ਦੀ ਜ਼ਿੰਦਗੀ ਔਰ ਇੱਥੋਂ ਦੀ ਜ਼ਿੰਦਗੀ
ਤੁਹਾਨੂੰ ਕਿਹੜੀ ਜ਼ਿੰਦਗੀ ਅੱਛੀ ਲੱਗਦੀ ਵੀ ਉੱਥੇ ਰਹਿੰਦੇ ਚੰਗੇ ਸੀਗੇ ਜਾਂ ਇੱਥੇ ਰਹਿੰਦੇ? ਅਸੀਂ ਉੱਥੇ ਰਹਿੰਦੇ ਚੰਗੇ ਰਹਿਣਾ ਸੀ। ਅੱਛਾ, ਇੱਥੇ ਜਿਹੜਾ ਨਾ ਕੋਈ ਸ਼ੈ ਨਹੀਂ ਹੋਈ ਜੀ, ਨਾ ਤਾਕਤ ਰਹੀ ਨਾ ਤਾਕਤ ਵਾਲੀਆਂ ਚੀਜ਼ਾਂ ਰਹੀਆਂ, ਜ਼ਹਿਰਾਂ ਪਵਾ ਪਵਾ ਕੇ ਅਤੇ ਇਨਸਾਨਾਂ ਦੀਆਂ ਬਿਮਾਰੀਆਂ ਲਾ ਦਿੱਤੀਆਂ। ਅੱਛਾ, ਤੇ ਫਿਰ ਤੁਸੀਂ ਆਪਣੇ ਬਚਪਨ ਦੇ ਵਿੱਚ ਖੇਡਾਂ ਕਿਹੜੀਆਂ ਖੇਡਦੇ ਸੀਗੇ? ਖੇਡਾਂ ਜੀ ਅਸੀਂ ਜ਼ਿਆਦਾਤਰ ਤਾਂ ਖੇਡਦੇ ਸੀ ਕਬੱਡੀ। ਅੱਛਾ, ਛੋਟੀ ਛੋਟੀ ਹਾਂ ਹਾਂ, ਅਤੇ ਜਾਂ ਕਬੱਡੀਆਂ ਖੇਡਣ ਲੱਗ ਜਾਣਾ। ਅੱਛਾ, ਹਾਂ ਜਿਹੜੀਆਂ ਕਬੱਡੀਆਂ ਹੁੰਦੀਆਂ ਸੀਗੀਆਂ ਉਹ ਖੇਡਣ ਲੱਗ ਜਾਣਾ, ਜਾਂ ਅਖਰੋਟ ਖੇਡਣ ਲੱਗ ਜਾਣਾ। ਹੋਰ ਤਾਂ ਅਸੀਂ ਲੰਬੇ ਚੌੜੇ ਸਿਖਾਉਂਦੇ ਛੋਟੇ ਸੀਗੇ। ਅੱਛਾ, ਤੁਹਾਡੇ ਪਿੰਡ ਦੇ ਵਿੱਚ ਕਿਸੇ ਕੋਲ ਰੇਡੀਓ ਸੀਗਾ? ਹਾਂਜੀ, ਰੇਡੀਓ ਨਹੀਂ ਜੀ, ਸਾਡੀ ਦਾਦੀ ਜਿਹੜੀ ਸੀ ਨਾ, ਸਾਡੇ ਬਾਪ ਦੇ ਚਾਚੇ ਦੇ ਘਰ, ਉਹਨੇ ਤਵੇ ਵਾਲੀ ਮਸ਼ੀਨ ਰੱਖੀ ਸੀ। ਅੱਛਾ, ਉਹ ਤਵੇ ਚਾਬੀ ਦੇ ਲੈਣੀ ਤੇ ਤਵਾ ਰੱਖ ਲਾ, ਸੂਈ ਜੀ ਫੜਨੀ, ਫੜ ਕੇ ਉੱਤੇ ਰੱਖ ਦੇਣੀ। ਅੱਛਾ, ਹੋਰ ਕਾਟਨ ਉਹ ਸੀਗੇ, ਹੋਰ ਕੋਈ ਕੋਈ ਸ਼ੈ ਨਹੀਂ ਸੀ। ਉਦੋਂ ਤੁਸੀਂ ਸੁਣਦੇ ਹੋਵੋਗੇ? ਹਾਂਜੀ, ਅਸੀਂ ਸੁਣਦੇ ਸੀ। ਫਿਰ ਕੀ ਮਹਿਸੂਸ ਕਰਦੇ ਸੀਗੇ ਵੀ ਇਹ ਕਿੱਦਾਂ ਬੋਲਦਾ ਵਾ, ਕੀ ਸੋਚਦੇ ਸੀ ਉਸ ਵੇਲੇ? ਬਸ ਇਹੋ ਸੋਚਦੇ ਵੀ ਨਵਾਂ ਆਵਾਜ਼ ਨਵੀਂ ਨਿਕਲਦੀ। ਜ਼ਿਆਰਤ ਵੀ ਕੋਈ ਨਹੀਂ। ਅੱਛਾ, ਤੁਹਾਡੇ ਹੁੰਦਿਆਂ ਮਤਲਬ ਜਾਂ ਤੁਸੀਂ ਉੱਥੇ ਕਿਸੇ ਪਿੰਡ 'ਤੇ ਮੁਸਲਮਾਨਾਂ ਦੇ ਹਮਲੇ ਦੀ ਗੱਲ ਨਹੀਂ ਸੁਣੀ ਤੁਸੀਂ? ਨਹੀਂ, ਪਿੰਡ ਬੈਠੇ ਨਹੀਂ ਸੁਣੀ, ਜਦੋਂ ਬਾਗਾਂ ਵਾਲੇ 'ਚ ਆ ਗਏ ਫਿਰ ਸੁਣੀ। ਫਿਰ ਕੀ ਸੁਣਦੇ ਸੀ ਵੀ ਕਿੱਥੇ ਹਮਲਾ ਕੀਤਾ ਉਹਨਾਂ ਨੇ? ਫਿਰ ਕਹਿੰਦੇ ਕਿ ਕੋਈ ਕਹਿੰਦੇ ਸਿਹੜੀ 'ਚ ਕਰਤਾ, ਕੋਈ ਕਹਿੰਦਾ ਸੀ ਮੁੰਡੀਆਂ 'ਚ ਜਿਹੜੇ ਮੁਸਲਮਾਨ ਸੀਗੇ ਉਹਨਾਂ ਨੂੰ ਸਿੱਖਾਂ ਨੇ ਮਾਰਤਾ। ਅੱਛਾ, ਫਿਰ ਜਦੋਂ ਤੁਸੀਂ ਬਾਗਾਂ ਵਾਲੇ ਰਹੇ, ਹਾਂਜੀ, ਉੱਥੋਂ ਖਾਣ ਪੀਣ ਲਈ ਤੁਸੀਂ ਫਿਰ ਕੋਈ ਬੰਦੋਬਸਤ ਕੀ ਕਰਦੇ ਸੀ? ਉਹ ਰਾਜਾ ਘਰ ਬਸ। ਬਹੁਤ ਬੜਾ ਸੇਠ ਆਦਮੀ ਸੀਗਾ, ਕੋਈ ਨਾਂ ਯਾਦ ਪੈਂਦਾ ਉਸ ਰਾਜੇ ਦਾ? ਨਹੀਂ, ਬਸ ਰਾਜਾ ਕਹਿੰਦੇ ਸੀ, ਹੋਰ ਨਾਂ ਨਹੀਂ ਲੱਗਦਾ। ਅੱਛਾ, ਚਲੋ ਬਜ਼ੁਰਗ, ਬੜੀ ਮਿਹਰਬਾਨੀ, ਤੁਸੀਂ ਸਾਨੂੰ ਆਪਣੀ ਯਾਦਾਂ ਦੱਸੀਆਂ। ਠੀਕ ਹੈ ਜੀ, ਬਸ ਜਿੰਨੀ ਤੁਹਾਨੂੰ ਦੱਸਿਆ।